ਮੈਂ ਆਹੀ ਕਹਿਣਾ ਚਾਹੁੰਦਾ ਕਿ ਕਾਂਗਰਸ ਨੂੰ ਇੰਨੀਆਂ ਮਿਰਚਾਂ ਕਿਉਂ ਲੱਗੀਆਂ। ਐਸਆਈਟੀ ਦੇ 5 ਮੈਂਬਰ ਹੈ, ਐਸਆਈਟੀ ਦੇ 5 ਮੈਂਬਰ ਹੈ, ਇੱਕ ਉਹਦਾ ਚੇਅਰਮੈਨ ਹੈ ਕੰਵਰ ਵਿਜੇ ਪ੍ਰਤਾਪ, ਨਾ ਚੇਅਰਮੈਨ ਹੈ, ਇਕੱਲਾ ਇੱਕ ਮੈਂਬਰ ਹੈ। ਅਸੀਂ 4 ਬਾਕੀ ਮੈਂਬਰਾਂ ਦੇ ਇਤਰਾਜ਼ ਨਹੀਂ ਕੀਤਾ, ਕਿਉਂ ਇਹਦੇ ਤੇ ਕੀਤਾ? ਕਿਉਂਕਿ ਆਹ ਕਾਂਗਰਸ ਦਾ ਏਜੰਟ ਬਣ ਕੇ ਲੱਗਿਆ ਸੀ। ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਸਬੂਤ ਦਿੱਤੇ ਕਿ ਕਿਵੇਂ ਆ ਸਾਰੀ ਗੱਲ ਕਾਂਗਰਸ ਦੇ ਸ਼ਹਿਰ ਤੇ ਕਰਦਾ ਸੀ, ਤੇ ਇਲੈਕਸ਼ਨ ਕਮਿਸ਼ਨ ਨੇ ਸਾਰਾ ਪੜਤਾਲ ਕਰਕੇ ਇਨਕੁਆਇਰੀ ਕਰਕੇ ਫੈਸਲਾ ਦਿੱਤਾ। ਮੈਂ ਪੁੱਛਣਾ ਚਾਹੁੰਦਾ, ਇਲੈਕਸ਼ਨ ਕਮਿਸ਼ਨ ਨੇ ਅਸੀਂ ਡੀਸੀ ਬਠਿੰਡੇ ਨੂੰ ਬਦਲਾਇਆ, ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਰੌਲਾ ਪਾਉਂਦਾ ਕਿ ਡੀਸੀ ਬਠਿੰਡਾ ਕਿਉਂ ਬਦਲਾਇਆ? ਕੈਪਟਨ ਅਮਰਿੰਦਰ ਸਿੰਘ ਦੂਜੇ ਜਿਹੜੇ ਅਫਸਰ ਬੁਲਾਏ ਉਹਨਾਂ ਬਾਰੇ ਕਿਉਂ ਨਹੀਂ ਕਹਿੰਦਾ? ਆ ਕਾਂਗਰਸੀ ਕਿਉਂ ਬੋਲੀ ਪਏ? ਆ ਜਿਹੜੇ ਬਰਗਾੜੀ ਮੋਰਚੇ ਵਾਲੇ ਕਿਉਂ ਬੋਲ ਪਏ? ਹੁਣ ਆਹੀ ਸਵਾਲ ਹੈ। ਬਰਗਾੜੀ ਮੋਰਚੇ ਵਾਲੇ ਕੈਪਟਨ ਨੇ ਬਿਠਾਏ ਸੀ ਉੱਥੇ ਆ ਡਰਾਮਾ ਕਰਨ ਵਾਸਤੇ, ਜਦੋਂ ਕੈਪਟਨ ਨੇ ਚਾਹਿਆ ਉਹਨਾਂ ਨੂੰ ਉਠਾ ਲਿਆ। ਹੁਣ ਉਹਨਾਂ ਦੀ ਗੇਮ ਪਲਾਨ ਨੂੰ ਹੱਥੋਂ ਪੈਰਾਂ ਉੱਤੋਂ ਜ਼ਮੀਨ ਹਿੱਲ ਗਈ ਕਿ ਇਲੈਕਸ਼ਨ ਕਮਿਸ਼ਨ ਨੇ ਦੇਖ ਲਿਆ ਕਿ ਅੱਜ ਇਹਨਾਂ ਦਾ ਕੰਮ ਇਲੈਕਸ਼ਨ ਨੂੰ ਉਹ ਅਫਸਰ ਨੂੰ ਵਰਤ ਕੇ ਇਲੈਕਸ਼ਨ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ, ਤੇ ਹੁਣ ਘਬਰਾ ਗਏ। ਤੋ ਇਸ ਕਰਕੇ ਆ ਕੈਪਟਨ ਦਾ ਕਹਿਣਾ ਤੇ ਕਾਂਗਰਸੀਆਂ ਦਾ ਬੋਲਣਾ ਸਬੂਤ ਹੈ ਕਿ ਕੰਵਰ ਵਿਜੇ ਪ੍ਰਤਾਪ ਉਹਨਾਂ ਦਾ ਏਜੰਟ ਹੈ। ਇਲੈਕਸ਼ਨ ਕਮਿਸ਼ਨ ਅੱਜ ਦਾ ਇੰਸਟੀਟਿਊਸ਼ਨ ਨਹੀਂ ਹੈ। ਇਹਦਾ ਮਤਲਬ ਕੋਈ ਹਾਈਕੋਰਟ ਫੈਸਲਾ ਦੇ ਦੇ ਆਪਾਂ ਕਹਾਂਗੇ ਹਾਈਕੋਰਟ ਕਰ ਰਿਹਾ? ਆਹ ਕੌਂਸਟੀਟਿਊਸ਼ਨ ਪੋਸਟ ਹੈ ਜਿਹੜਾ ਉਹਨਾਂ ਨੇ ਡੀਸੀ ਬਦਲ ਗਿਆ ਉਹਦੇ ਬਾਰੇ ਕਿਉਂ ਨਹੀਂ ਬੋਲ ਰਹੇ? ਕਿਉਂਕਿ ਹਾਂਜੀ 100% ਸਾਰੇ ਗੈਂਗਸਟਰ ਸਪੋਰਟ ਕਰਨਗੇ, ਸਾਰੇ ਸੋ ਗੈਂਗਸਟਰਾਂ ਦੀ ਸਪੋਰਟ ਲੈਣਾ ਚਾਹੁੰਦੇ ਆ, ਪੰਜਾਬ ਨੂੰ ਦੇਖੋ ਕਿਹੋ ਜਿਹੇ ਹਾਲਾਤ 'ਚ ਭੇਜਣਾ ਚਾਹੁੰਦੇ ਆ।